ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਸ਼ਹਿਰ ਸਰਿਆਲੀ, ਪਿੰਡ ਸਰਿਆਲੀ ਕਹਿ ਸਕਦੇ ਹਾਂ ਦੋਸਤੋ, ਤਹਿਸੀਲ ਅਤੇ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਦੋਸਤੋ ਤਰਨ ਤਾਰਨ ਸਾਹਿਬ ਲੱਗਦਾ। ਅਤੇ ਵੀਰ ਗੁਰਮੀਤ ਦੇ ਘਰ ਆਏ ਹਾਂ ਦੋਸਤੋ, ਅਤੇ ਅੱਜ ਘੱਟੋ ਘੱਟ ਵੀ ਤੁਹਾਨੂੰ 4-5 ਆਈਟਮਾਂ ਜਿਹੜੀਆਂ ਦਿਖਾਉਣੀਆਂ ਨੇ, ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਟਰਾਲਾ ਹੋਵੇਗਾ, ਠੀਕ ਹੈ ਜੀ, 14x7 ਦਾ ਟਰਾਲਾ ਹੋਵੇਗਾ ਜੀ, ਠੀਕ ਆ। ਉਹ ਵੀ ਆਪਾਂ ਤੁਹਾਨੂੰ ਦੱਸਾਂਗੇ, ਦਿਖਾਵਾਂਗੇ, ਰੇਟ ਭਾਅ ਪੜਤਾ ਕੀ ਆ ਉਹ ਪੁੱਛ ਕੇ ਵੀਰ ਤੋਂ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਾਂਗੇ ਜੀ। ਇੱਕ ਟਰੈਕਟਰ ਆ 3610 ਟਰੈਕਟਰ ਆ ਜੀ, ਫੋਰਡ 3610 ਟਰੈਕਟਰ ਆ, 91 ਮਾਡਲ ਆ। ਪ੍ਰੋਪਰ ਇਹਦੀ ਵੀ ਇਨਫੋਰਮੇਸ਼ਨ ਲੈ ਲਾਂਗੇ, ਠੀਕ ਆ ਜੀ, ਨੰਬਰ ਵਗੈਰਾ ਜਿਹੜਾ ਕਿੱਥੋਂ ਦਾ, ਠੀਕ ਆ। ਅਤੇ ਬਾਕੀ ਜਿਹੜੀਆਂ ਦੋਸਤੋ ਦੋ ਝੋਟੀਆਂ ਹੋਣਗੀਆਂ ਦੋਸਤੋ, ਠੀਕ ਆ। ਇੱਕ ਗੱਬਣ ਚੈੱਕ ਪਾਸ ਹੋਵੇਗੀ, ਇੱਕ ਬੇਸ਼ੱਕ AI ਹੋਈ ਆ, ਕਿੰਨੇ ਕੁ ਦਿਨ AI ਹੋਈ ਨੂੰ ਹੋ ਗਿਆ ਸਮਾਂ। ਦੋ ਝੋਟੀਆਂ ਹੋਣਗੀਆਂ ਦੋਸਤੋ, ਇੱਕ ਗੱਬਣ ਚੈੱਕ ਪਾਸ ਹੋਵੇਗੀ। ਡਾਕਟਰ ਸਾਹਿਬ ਜਿਸ ਨੇ ਚੈੱਕ ਕੀਤੀ ਆ ਤਕਰੀਬਨ, ਤੁਸੀਂ ਉਸਦਾ ਨੰਬਰ ਵੀ ਵੀਰ ਤੋਂ ਲੈ ਸਕਦੇ ਜੀ, ਉਹਨਾਂ ਤੋਂ ਪੁੱਛ ਸਕਦੇ, ਬਾਕੀ ਜਦੋਂ ਆਪ ਖਰੀਦਣ ਆਵੋ ਤਾਂ ਚੈੱਕ ਵੀ ਕਰਵਾ ਸਕਦੇ ਜੀ। ਇੱਕ ਦੋਸਤੋ ਕੁੱਕੜ ਅਤੇ ਕੁੱਕੜੀਆਂ ਹੋਣਗੀਆਂ, ਮੁਰਗੇ ਹੋਣਗੇ ਅਤੇ ਮੁਰਗੀਆਂ ਹੋਣਗੀਆਂ, ਉਹ ਵੀ ਦੋਸਤੋ ਇਸੇ ਵੀਡੀਓ ਦੇ ਵਿੱਚ ਤਕਰੀਬਨ ਤੁਸੀਂ ਵੀਡੀਓ ਦੇਖ ਲੈਣੀ ਹੈ ਐਂਡ 'ਤੇ, ਬਿਲਕੁਲ ਕੀ ਰੇਟ ਭਾਅ ਪੜਤਾ ਹੈਗਾ, ਜੋੜੀ ਲੈਣੀ, ਜੋੜੀ ਜੇਕਰ ਤੁਸੀਂ ਇਕੱਠੀਆਂ ਦਾ ਸੌਦਾ ਮਾਰਨਾ ਉਹ ਵੀ ਤੁਸੀਂ ਖਰੀਦ ਸਕਦੇ ਜੀ, ਠੀਕ ਹੈ ਜੀ। ਇੱਕ ਲੈਪਟੋਪ ਹੋਵੇਗਾ ਜੀ ਐਪਲ ਦਾ, ਠੀਕ ਹੈ ਜੀ, ਐਪਲ ਦਾ ਜਿਹੜਾ ਪ੍ਰੋ ਮੈਕਸ ਜਿਹੜਾ ਦੋਸਤੋ ਲੈਪਟੋਪ ਹੋਵੇਗਾ, ਅਤੇ ਬਾਹਰੋਂ ਆਇਆ ਸੀ ਵੀਰ ਹੋਰਾਂ ਨੂੰ, ਉਹ ਵੀ ਜਿਹੜਾ ਅੱਗੇ ਵਿਕਾਊ ਹੈਗਾ ਸੇਲ ਆ। ਸੋ ਕਿਸੇ ਵੀ ਤਰ੍ਹਾਂ ਦੀ ਪੂਰੀ ਡਿਟੇਲ ਜਾਣਕਾਰੀ ਹੋਰ ਵਧੇਰੇ ਲੈਣੀ ਆ, ਤੁਸੀਂ ਨੰਬਰਾਂ 'ਤੇ ਖਾਸ ਤੌਰ 'ਤੇ ਸੰਪਰਕ ਕਰ ਸਕਦੇ ਹੋ, ਠੀਕ ਆ ਜੀ। ਪਹਿਲੇ ਨੰਬਰ 'ਤੇ ਆਪਾਂ ਟਰੈਕਟਰ ਦੀ ਜਿਹੜੀ ਆ ਜਾਣਕਾਰੀ ਉਹ ਸਾਂਝੀ ਕਰ ਲਾਂਗੇ। ਤਾਂ ਦੋਸਤੋ ਪਹਿਲੇ ਨੰਬਰ 'ਤੇ ਆਪਾਂ ਜਿਹੜੀ ਸਟਾਰਟ ਕਰ ਲੈਂਦੇ ਹਾਂ, ਠੀਕ ਆ ਜੀ। ਸੋਰੀ, ਇੱਕ ਮੇਰੇ ਤੋਂ ਗਲਤੀ ਹੋ ਗਈ ਸੀ, ਐਪਲ ਦਾ ਜਿਹੜਾ ਦੋਸਤੋ ਮੈਕਬੁੱਕ ਜਿਹੜਾ ਲੈਪਟੋਪ ਹੈਗਾ, ਠੀਕ ਆ ਜੀ, ਪ੍ਰੋ ਮੈਕਸ, ਬਾਹਰੋਂ ਵੀਰ ਉਹਨਾਂ ਨੂੰ ਜਿਹੜਾ ਗਿਫਟ ਹੋਇਆ ਸੀ ਉਹ ਵੀ ਵਿਕਾਊ ਆ ਸੇਲ ਦੇ ਲਈ, ਉਹਦੀ ਅਵੇਲੇਬਿਲਟੀ ਵੀ ਹੈਗੀ ਆ, ਉਹਦੀ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਪਹਿਲੇ ਨੰਬਰ 'ਤੇ ਜਿਹੜਾ ਦੋਸਤੋ ਜੇਕਰ ਮੈਂ ਗੱਲ ਕਰ ਲਵਾਂ ਤਾਂ ਟਰੈਕਟਰ ਬਿਲਕੁਲ ਸਾਹਮਣੇ ਹੈਗਾ, ਫੋਰਡ 3610, ਠੀਕ ਆ, 1991 ਮਾਡਲ ਆ ਦੋਸਤੋ, ਠੀਕ ਆ। ਜੇਕਰ ਮਾਡਲ ਦੀ ਗੱਲ ਕਰੀਏ 1991 ਆ, ਅਤੇ ਜੰਮੂ ਕਸ਼ਮੀਰ ਨੰਬਰ ਹੈਗਾ ਆ, ਬਿਲਕੁਲ ਜਿਹੜੇ ਕਾਗਜ਼ ਪੱਤਰ ਆ ਦੋਸਤੋ ਤੁਸੀਂ ਸਾਹਮਣੇ ਦੇਖ ਸਕਦੇ ਹੋ, ਠੀਕ ਆ। ਇਹ ਵੀਰ ਗੁਰਮੀਤ, ਸਭ ਤੋਂ ਪਹਿਲਾਂ ਵੀਰ ਗੁਰਮੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਅਤੇ ਇਹ ਆਪਣੀ ਮਾਤਾ ਦੇ ਨਾਮ ਹੀ ਆ ਟਰੈਕਟਰ ਜੀ? ਹਾਂਜੀ, ਮਾਤਾ ਐਫੀਡੇਵਿਟ ਉਹਨਾਂ ਦੇ ਨਾਮ ਹੀ ਆ। ਹਾਂਜੀ, ਮਾਤਾ ਵੀ ਠੀਕ ਠਾਕ ਹੈਗੇ ਆ, ਮਾਤਾ ਵੀ ਜਿਉਂਦੇ ਜਾਗਦੇ ਵਧੀਆ, ਹਾਂ। ਅਤੇ ਕਿਸੇ ਵੀਰ ਨੇ ਕਿ ਐਫੀਡੇਵਿਟ ਕਰਾਉਣਾ ਹੋਇਆ ਤਾਂ ਉਹ ਵੀ ਕਰਵਾ ਸਕਦਾ, ਸਾਰਾ ਕੁਝ ਕਰਦਾ। ਜੰਮੂ ਕਸ਼ਮੀਰ ਦਾ ਜਿਹੜਾ ਦੋਸਤੋ J&K ਦਾ ਨੰਬਰ ਹੈਗਾ ਲੱਗਾ, ਬਾਕੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ, ਆਹ ਵੇਖੋ 01-7213 ਨੰਬਰ ਹੈਗਾ ਟਰੈਕਟਰ ਦਾ। ਇਹ ਟਰੈਕਟਰ ਆਪਣੇ ਬਿਲਕੁਲ ਸਾਹਮਣੇ ਆ, ਠੀਕ ਹੈ, ਆ ਕਰੋ ਚੈੱਕ, ਟਰੈਕਟਰ ਆਪਣੇ ਬਿਲਕੁਲ ਸਾਹਮਣੇ ਆ। ਅਤੇ 84 ਨੰਬਰ, ਇੰਜਣ ਨੰਬਰ, ਓਵਰਆਲ ਜਿੰਨੇ ਵੀ ਇਹਦੇ ਡਾਕੂਮੈਂਟ ਦੇ ਵਿੱਚ ਦੋਸਤੋ ਹਿਸਟਰੀ ਹੈਗੀ ਆ, ਉਹ ਤੁਸੀਂ ਘਰ ਆ ਕੇ ਬੇਸ਼ੱਕ ਜਿਹੜਾ ਮਿਲਾਨ ਕਰ ਸਕਦੇ ਹੋ, ਮਤਲਬ 1991 ਮਾਡਲ ਆ। ਅਤੇ ਮਗਰਲੇ ਟਾਇਰਾਂ ਦੀ ਆ ਜਾਓ, ਆਪਾਂ ਤੁਹਾਨੂੰ ਇੱਕ ਚੀਜ਼ ਦਿਖਾ ਦੇ, ਮਗਰਲੇ ਟਾਇਰ ਜਿਹੜੇ ਨਵੇਂ ਪਵਾਏ ਵੀਰ ਨੇ, ਠੀਕ ਆ, ਇਹ ਨਵੇਂ ਟਾਇਰ ਆ ਵੀਰ, ਹੈ ਨਾ? ਹਾਂਜੀ ਹਾਂਜੀ, ਨਵੇਂ ਪਵਾਏ ਆ, ਸੁਪਰ, ਹਾਂਜੀ ਸੁਪਰ ਦੇ ਆ ਗਏ, ਹੈ ਨਾ? ਹਾਂਜੀ, ਨਵੇਂ ਪਏ ਆ, ਇਹ ਜਾਨੀ ਕਿ ਰਬੜ ਨਹੀਂ ਚੜੀ, ਪੱਕੇ ਪਏ ਆ, ਪੱਕੇ ਪਏ ਆ, ਠੀਕ ਆ। 13-6-28 ਦੇ ਜਿਹੜੇ ਦੋਸਤੋ ਟਾਇਰ ਨੇ, ਤੇ ਤੁਸੀਂ ਵੇਖ ਲਓ ਵੀ ਨਵੇਂ ਹੀ ਨੇ, ਕੋਈ ਇੱਕ ਤਾਂ ਸੀਜ਼ਨ ਹੋਇਆ ਜੇ ਪਏ ਨੂੰ, ਜੋੜੀ ਸਾਰੀ ਸੇਮ ਹੀ ਆ, ਜੋੜੀ ਇੱਕ ਹੀ ਆ ਦੋਸਤੋ, ਠੀਕ ਆ, ਜੋੜੀ ਸੇਮ ਹੀ ਆ। ਇਹ ਨਹੀਂ ਵੀ ਕੋਈ MRF ਜਾਂ ਪਿੱਛੇ ਗੁੜੀਅਰ ਦੇ ਜਾਂ ਸੀਅਰ ਦੇ ਆ, ਵੀ ਆਹ ਬਾਕੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੇਖ ਲਓ, ਤੇ ਆਹ ਜਿਹੜਾ ਤੁਸੀਂ ਬਿਲਕੁਲ ਪੰਪ ਵੇਖ ਲਓ, ਹਨਾ ਜੀ, ਤੇ ਅਲਟੀਨੇਟਰ ਦੇਖ ਲਓ, ਆਹ ਕਰੋ ਚੈੱਕ ਜੀ, ਠੀਕ ਆ। ਅਤੇ ਆਇਲ ਵਗੈਰਾ ਜਿਹੜਾ ਹੈਗਾ, ਇੰਜਨ ਆਇਲ ਆ, ਉਹ ਵੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ, ਠੀਕ ਹੈ, ਪੂਰਾ ਇੰਜਨ ਆਇਲ ਦੀ ਜਿਹੜੀ ਆ ਦੋਸਤੋ ਟੱਕ ਹੈਗਾ, ਉਹ ਵੀ ਬਿਲਕੁਲ ਜਿਹੜਾ ਪੂਰਾ ਹੈਗਾ। ਬਾਕੀ ਤਸੱਲੀ, ਜਿਹੜੇ ਖਾਸ ਤੌਰ 'ਤੇ ਮੇਰੇ ਵੀਰ ਡੀਲਰ ਹੋਣ ਜਾਂ ਕੋਈ ਵੀ ਆ, ਉਹਨਾਂ ਨੂੰ ਵੀ ਵੈਲਕਮ ਆ, ਜਿਹੜੇ ਵੀਰ ਕਿਸੇ ਨੇ ਘਰੇਲੂ ਘਰ ਰੱਖਣਾ ਉਹ ਵੀ ਤੁਸੀਂ ਖਰੀਦ ਸਕਦੇ ਜੇ। ਬਾਕੀ ਟਰੈਕਟਰ ਦਾ ਤੁਸੀਂ
ਆ ਬਿਲਕੁਲ ਜਿਹੜਾ ਹੈਗੀ ਕੰਡੀਸ਼ਨ ਵੇਖ ਸਕਦੇ, ਪੰਪ ਪੁੰਪ ਜਿਹੜਾ ਆਹ ਵੇਖੋ ਜੀ, ਠੀਕ ਆ। ਠੀਕ ਆ, ਬਾਕੀ ਬੈਟਰੀ ਬੂਟਰੀ ਨਵੀਂ ਆ ਵੀਰ? ਹਾਂਜੀ ਹੈਗੀ ਆ ਵੀਰ ਜੀ, ਸਲਫ ਸੁਲਫ ਚੁੱਕਦਾ ਪੂਰਾ, ਆ ਚੁਕਾਈਏ ਖਰਚਾ ਜੀ। ਬਾਕੀ ਸਟਾਰਟਿੰਗ ਜਿਹੜੀ ਤੁਸੀਂ ਸਾਹਮਣੇ ਦੇਖ ਸਕਦੇ ਹੋ, ਬੈਟਰੀ ਨਵੀਂ ਆ ਦੋਸਤੋ, ਐਮਰੋਨ ਦੀ ਬੈਟਰੀ ਆ, ਠੀਕ ਆ, ਐਮਰੋਨ ਦੀ ਬੈਟਰੀ ਆ, ਨਾਲ ਹੀ ਹੋਵੇਗੀ, ਨਾਲ ਹੀ ਦਿੱਤੀ ਜਾਵੇਗੀ। ਬੈਟਰੀ ਆ ਜਿਹੜੀ ਦੋਸਤੋ ਬਿਲਕੁਲ ਨਿਊ ਬੈਟਰੀ ਆ, ਠੀਕ ਆ। ਬੈਟਰੀ ਗੁਰਮੀਤ ਭਾਈ ਇਹ ਬੈਟਰੀ ਨਾਲ ਹੀ ਦੇ ਦੇਣੀ ਆਪਾਂ, ਦਿੱਤੀ ਜਾਂਦੀ ਬੈਟਰੀ ਤਾਂ ਫਿਰ ਦੇਣੀ ਆ, ਨਵੀਂ ਪਵਾਈ ਆ, ਨਵੀਂ ਪਵਾਈ ਹੈ ਨਾ, ਹੁਣੇ ਨਵੀਂ ਪਵਾਈ ਹੈ, ਇਹਨੇ ਨਹੀਂ ਲੈ ਕੇ ਜਾਣੀ ਤੇ 6000 ਰੁਪਇਆ ਘੱਟ ਦੇ ਦੇ। 6000 ਰੁਪਏ ਕੀਮਤ ਕੀ ਆ? ਇਹ 7200 ਦੀ ਰਖਾਈ ਹੁਣ। ਹਾਂ ਤੇ ਟਰੈਕਟਰ ਦੀ ਮੰਗ ਕੀ ਕਰਦੇ ਪਏ? 1,60,000 ਰੁਪਇਆ, 1,60,000 ਸਮੇਤ ਬੈਟਰੀ ਮੂਟਰੀ ਸਾਰਾ ਕੁਝ ਹਣਾ, ਤੇ ਵਿੱਚੋਂ ਜਿੰਨਾ ਵੀ ਬਾਕੀ ਮੌਕੇ ਤਾਂ ਹੋ ਜਾਏਗਾ ਸੌਦਾ ਬਾਅਦ ਕਰ ਦਾਂਗੇ। ਹਾਂਜੀ ਠੀਕ ਆ, ਬਾਕੀ 91 ਮਾਡਲ ਆ ਦੋਸਤੋ, ਪਿੱਛੋਂ ਵੀ ਤੁਸੀਂ ਜਿਹੜੀ ਹੈਗੀ ਆ ਲੈਫਟ ਤੋਂ ਵੀ ਜ਼ਰੂਰ ਮਾਰ ਲਓ ਨਿਗਾਹ ਜੀ, ਠੀਕ ਆ। ਫੱਟੀ ਨਾਲ ਹੈਗੀ ਆ, ਲਿੰਕ ਫੱਟੀ ਬਿਲਕੁਲ ਨਾਲ ਦਿੱਤੀ ਜਾਵੇਗੀ, ਬੈਟਰੀ ਸਮੇਤ ਵੀਰਾਂ ਦਾ ਵੀ 6000 ਮਿਹਨਤ ਹੋ ਜੂਗਾ ਜੇਕਰ ਬੈਟਰੀ ਨਹੀਂ ਲੈਣੀਗੀ, ਪਰ ਜਿਹੜਾ ਬੈਟਰੀ ਦੇ ਵਿੱਚ ਤੁਸੀਂ ਸੌਦਾ ਕਰ ਸਕਦੇ ਹੋ। ਬਾਕੀ ਸ਼ੀਟ ਕਵਰ ਅਤੇ ਸ਼ੀਟ ਜਿਹੜੀ ਆ ਦੋਸਤੋ ਬਿਲਕੁਲ ਨਿਊ ਹੈਗੀ ਆ, ਆ ਕਰੋ ਚੈੱਕ ਜੀ, ਠੀਕ ਆ, ਸ਼ੀਟ ਨਿਊ ਆ। ਡਾਕੂਮੈਂਟ ਜਿਹੜੇ ਦੋਸਤੋ ਓਵਰਆਲ ਜਿਹੜੇ ਕੰਪਲੀਟ ਆ, ਕਾਰਨ ਇਹ ਬਣ ਗਿਆ ਸੀ, ਟਰੈਕਟਰ ਪਹਿਲਾਂ ਸੀ ਵੀਰ ਹੁਣਾਂ ਦੇ ਕੋਲ ਮਾਤਾ ਜੀ ਦੇ ਨਾਮ ਹੈ, ਅਤੇ ਉਸ ਤੋਂ ਬਾਅਦ ਜਿਹੜਾ ਨਵਾਂ ਟਰੈਕਟਰ ਮੈਸੀ ਲੈ ਲਿਆ ਸੀ, ਮੈਸੀ ਫਰਗੂਸ਼ਨ ਜਿਹੜਾ ਟਰੈਕਟਰ ਹੈਗਾ ਵੀਰ ਉਹਨਾਂ ਨੇ 9500 ਨਵਾਂ ਖਰੀਦਿਆ, ਪਰਚੇਜ਼ ਕੀਤਾ, ਠੀਕ ਹੈ। ਅਤੇ ਕਾਰਨ ਇਹ ਸੀ ਵੀ ਚਲੋ ਇਹ ਸੇਲ ਕਰ ਦਿੰਦੇ ਹਾਂ, ਇਹ ਸੇਲ ਜਿਹੜਾ ਟਰੈਕਟਰ ਨਿਊ ਹੈਗਾ ਇਹਨਾਂ ਦੇ ਕੋਲ ਹੈਗਾ, ਠੀਕ ਹੈ ਜੀ। ਇਸ ਤੋਂ ਬਾਅਦ ਦੋਸਤੋ ਇੱਕ ਟਰਾਲਾ ਵੀਰ ਦੇ ਕੋਲ, ਅਤੇ ਗੁਰਮੀਤ ਭਾਈ ਇਹ ਟਰਾਲਾ ਕਿੰਨੇ ਬਾਈ ਕਿੰਨੇ ਦਾ ਫਿਰ ਬਾਈ? ਵੀਰ ਜੀ ਇਹ 7x14 ਦਾ, 7x14 ਦਾ, ਹਾਂਜੀ, ਅਤੇ ਹੈਵੀ ਟਰਾਲਾ ਕਾਫੀ ਪੂਰਾ ਭਾਰਾ, ਹਾਂਜੀ ਹਨਾ, ਹਾਂਜੀ, ਅਤੇ ਟਾਇਰ ਟੱਪਾ ਵੀ ਨਵਾਂ, ਅਤੇ ਬਈ ਥੱਲੇ ਹਿੱਸਾ ਵੀ ਬਿਲਕੁਲ ਮਿਲ ਜਾਂਦਾ ਵੀ ਰੇਲ ਗੱਡੀ ਦਾ, ਰੇਲ ਗੱਡੀ ਦਾ ਹੀ, ਹਾਂਜੀ ਪੂਰਾ ਨਿੱਗਰ। ਆ ਕਰੋ ਚੈੱਕ ਦੋਸਤੋ, ਬਿਲਕੁਲ ਨਿੱਗਰ ਟਰਾਲਾ ਹੈ, ਜਿਹੜੇ ਕਿਸੇ ਵੀਰ ਨੇ ਖਰੀਦਣਾ, ਮੇਰੇ ਵੀਰ ਨੇ ਕਿਸੇ ਨੇ ਵੀ, ਆ ਵੇਖੋ ਬਿਲਕੁਲ ਧੁਰੇ ਵਾਲਾ ਵੇਖੋ, ਰੇਲ ਗੱਡੀ ਵਾਲਾ ਹਿੱਸਾ ਜੀ, ਠੀਕ ਹੈ। ਅਤੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਮੈਂ ਤੁਹਾਨੂੰ ਦਿਖਾ ਦਿੰਦਾ, ਇੱਧਰਲੇ ਟਾਇਰ ਤੁਸੀਂ ਵੇਖ ਲਓ ਭਾਈ ਕਿੰਨੇ ਕੁ ਹੋਣਗੇ, 60-65% ਕੇ ਹੋਣਗੇ ਪੈਸੇ, 70 ਹੈਗੇ ਵੀਰ ਜੀ, ਰਾਮ 65-70 ਪੈਸੇ ਹੈਗੇ ਜੀ, ਪੱਕੇ ਟਾਇਰ ਆ ਸਾਰੇ, ਹੈਵੀ ਰੇਮਾਂ ਦੋਸਤੋ, ਹੈਵੀ ਰੇਮਾਂ, ਨਟ ਬੋਲਟ ਤੁਸੀਂ ਵੇਖੋ ਬਿਲਕੁਲ ਜਿਹੜੇ ਗੱਡੇ ਪਏ ਹੈ, ਤਾਂ 2017 ਮਾਡਲ ਆ, ਹਾਂਜੀ 17, ਠੀਕ ਆ। ਅਤੇ ਟੂਲ ਟਾਲ ਬਾਕਸ ਵੀ ਤੁਸੀਂ ਵੇਖੋਗੇ ਤਾਂ ਬਿਲਕੁਲ ਰੀਜਨਲ ਬਣਾਇਆ ਹੋਇਆ, ਅਤੇ ਇਹ ਭਾਈ ਬਣਵਾਇਆ ਆਪਾਂ ਹੀ ਸੀ, ਹਾਂਜੀ, ਅਤੇ ਕਿੰਨੇ ਕੁ ਦਾ ਬਣਿਆ ਸੀ ਉਦੋਂ, ਅਤੇ ਹੁਣ ਕੀਮਤ ਕਿੰਨਾ ਕੁ ਆਪਾਂ ਲੈ ਦੇ ਕਰਦੇ ਹਾਂ? ਵੀਰ ਜੀ ਹੁਣ ਤੁਹਾਨੂੰ ਦੱਸਦੇ ਹਾਂ ਕਿ ਰੱਬ ਤਾਂ ਡਬਲਾ ਕਰੇ, 2,90,000 ਦਾ, 2,90,000 ਦਾ, ਹਾਂਜੀ, ਹੁਣ ਸੇਲ ਕਰਨਾ, ਸੇਲ ਕਰਨਾ ਜੀ, ਆ ਬੈੱਡ ਬੁੱਡ ਨਾਲ ਹੀ ਆ, ਸਾਰਾ ਕੁਝ ਨਾਲ ਹੀ ਆ, ਬੈੱਡ ਦੋਸਤੋ ਵੀ ਹੈਗਾ ਸਾਰਾ ਕੁਝ, ਠੀਕ ਆ, ਮਗਰਲਾ ਬੈੱਡ ਤੇ ਮਗਰਲਾ ਵੀ ਹੈਗਾ, ਠੀਕ ਆ ਜੀ, ਆ ਬੈੱਡ ਜਿਹੜਾ ਕੰਪਲੀਟ ਨਾਲ ਦਿੱਤਾ ਜਾਊਗਾ, ਠੀਕ ਆ, ਤੇ ਬੰਗਾ ਬੁੰਗਾ ਜਿਹੜਾ ਮਗਰ ਵੀ ਜਿਹੜਾ ਕੱਸਣ ਵਾਲਾ, ਉਹ ਵੀ ਬੇਸ਼ੱਕ ਵੀਰਾਂ ਦਾ ਵੀ ਨਾਲ ਹੀ ਦੇਵਾਂਗੇ ਓਵਰਆਲ। ਆ ਵੇਖੋ ਤੁਸੀਂ ਹੈਵੀ ਡਿਊਟੀ ਆ, ਹੈਵੀ ਡਿਊਟੀ ਜਿਹੜਾ ਟਰਾਲਾ ਹੈ, ਠੀਕ ਆ, ਅਤੇ ਆ ਕਰੋ ਚੈੱਕ ਜੀ, ਬਾਕੀ ਫਰੰਟ ਤੋਂ ਆਹ ਚੀਜ਼ ਹੈਗੀ ਆ, ਟਰਾਲਾ ਬਿਲਕੁਲ ਜਿਹੜਾ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਗਲਾਵਟ ਨਹੀਂ, ਵਿੱਚੋਂ ਵੀ ਚਾਦਰ ਚੂਦਰ ਜਿਹੜੀ ਹੈਗੀ ਤੁਹਾਨੂੰ ਪ੍ਰੋਪਰ ਦਿਖਾ ਦਿੰਦਾ, ਆਹ ਹੁੱਕ ਤੋਂ ਆਹ ਡਬਲ, ਆਹ ਵੇਖੋ ਹੁੱਕ, ਠੀਕ ਆ ਜੀ, ਹੁੱਕ ਵੇਖੋ, ਠੀਕ ਆ, ਜੈਕਬ ਜੈਕ ਜੁੱਕ ਪ੍ਰੋਪਰ ਜਿਹੜਾ ਹੈਗਾ, ਠੀਕ ਆ, ਅਤੇ ਠੀਕ ਆ, ਅਤੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਚਾਦਰ ਵਿਖਾਉਣ ਦੀ ਕੋਸ਼ਿਸ਼ ਕਰਨਾ ਜਿੰਨੀ ਵੀ ਹੋ ਸਕਦੀ ਆ, ਆਹ ਕਰੋ ਚੈੱਕ ਜੀ, ਕਿਸੇ ਤਰ੍ਹਾਂ ਦੀ ਕੋਈ ਗਲਾਵਟ ਨਹੀਂ, ਕੋਈ ਛਾਨਣੀ ਨਹੀਂ ਹੋਏਗੀ, ਐਂ ਨਿੱਗਰ ਚਾਦਰ,
ਠੀਕ ਆ, ਕੋਈ ਗਲਾਵਟ ਨਹੀਂ ਦੋਸਤੋ, ਆ ਕਰੋ ਜੀ। ਬਾਕੀ ਮੈਂ ਅਰਾਊਂਡ ਤੋਂ ਸਾਰੇ ਬੰਨੇ ਤੁਹਾਨੂੰ ਚੁਫੇਰਾ ਜਿਹੜਾ ਘੁਮਾ ਦਿੰਦਾ ਜੋ। ਇੱਧਰਲਾ ਟਾਇਰ ਬਾਈ ਥੋੜ੍ਹੇ ਘੱਟ ਆ, ਜਿਵੇਂ 45-50 ਕੁ ਪੈਸੇ ਹੈ, 50 ਕੁ ਪੈਸੇ। ਹਾਂਜੀ ਹਾਂ, ਐਮ ਆਰ ਐਫ ਦੀ ਜੋੜੀ ਹੈ ਨਾ ਸਰ? ਹਾਂਜੀ ਐਮ ਆਰ ਐਫ ਦੀ, 64 ਐਮ ਆਰ ਐਫ ਹੈ। ਹਾਂਜੀ, ਬਾਕੀ ਡਾਲਾ ਡੁਲਾ ਜਿਹੜਾ ਬੈਕ ਸਾਈਡ ਤੋਂ ਦੇਖ ਲਓ ਜੀ, ਠੀਕ ਆ। ਕੁੰਡਾ ਕੰਡਾ ਜਿਹੜਾ ਬਿਲਕੁਲ ਵੇਖੋ, ਡਾਲਾ ਵੇਖੋ, ਬਿਲਕੁਲ ਨਿੱਗਰ ਆ ਟਰਾਲਾ, ਵੀ ਕਹਿਣ ਦੀ ਗੱਲ ਨਹੀਂ। ਵੀ ਵਜਨ ਬਾਈ ਘੱਟੋ ਘੱਟ ਵੀ ਕੁਇੰਟਲਾਂ ਦੇ ਵਿੱਚ ਫਿਰ ਵਾਹਵਾ ਹੀ ਹੋਊਗਾ, ਠੀਕ ਆ। ਬਾਕੀ ਦੋਸਤੋ ਹੈਵੀ ਹੈਗਾ ਟਰਾਲਾ, ਓਵਰਆਲ ਜਿੰਨਾ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹੈਵੀ ਨਿੱਗਰ ਆ। ਤੁਸੀਂ ਘਰ ਆ ਕੇ ਵਿਜਿਟ ਕਰਕੇ ਬੇਸ਼ੱਕ ਤਸੱਲੀ ਕਰ ਲਿਓ, ਆ ਕਰੋ ਚੈੱਕ ਜੀ, ਠੀਕ ਆ। ਅਤੇ 2,90,000 ਵੀਰਾਂ ਦਾ ਵੀ ਕੀਮਤ ਆ, 2,90,000 ਦੀ ਜਿਹੜੀ ਆ ਇਹ ਟਰਾਲਾ ਜਿਹੜਾ ਦੋਸਤੋ ਦਿੱਤਾ ਜਾਵੇਗਾ। ਹਾਂ, ਡਨ ਕਰ ਦਾਂਗੇ ਜੇ ਦੋਨੇ ਚੀਜ਼ਾਂ, ਟਰੈਕਟਰ ਟਰਾਲਾ ਕੋਈ ਇਕੱਠਾ ਲੈ ਲੂਗਾ ਨਾ ਵੀਰ, ਫਿਰ ਵੱਧ ਕਰ ਦਾਂਗੇ, ਮਾਨ ਤਾਨ ਹੋ ਜਾਏਗਾ ਨਾ, ਖੁੱਲਾ ਕਰ ਦਿਆ ਜੀ ਵੀਰ, ਗੱਲ ਕਾਹਦੀ ਆ, ਠੀਕ ਆ। ਬਾਕੀ ਟਰਾਲਾ ਜਿਹੜਾ ਦੋਸਤੋ 14x7 ਦਾ ਹੈ, ਠੀਕ ਆ, 14x7 ਦਾ ਟਰਾਲਾ, ਹੈਵੀ ਡਿਊਟੀ ਟਰਾਲਾ। ਚਾਹਵਾਨ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਲਿਓ। ਇਸ ਤੋਂ ਬਾਅਦ ਤੁਹਾਨੂੰ ਝੋਟੀਆਂ ਦਿਖਾਉਣੇ ਆ, ਆ ਜਾਓ, ਠੀਕ ਆ, ਝੋਟੀਆਂ ਦਿਖਾਉਣੇ ਆ। ਇੱਕ ਗੱਬਣ ਆ, ਠੀਕ ਆ, ਆਹ ਜਿਹੜੀ ਦੋਸਤੋ ਝੋਟੀ ਤੁਸੀਂ ਦੇਖ ਰਹੇ ਹੋ ਇਹ ਗੱਬਣ ਆ, ਠੀਕ ਆ, ਆਪਾਂ ਠਾ ਕੇ ਤੁਹਾਨੂੰ ਵਿਖਾਉਣੇ ਇੱਕ ਵਾਰੀ। ਜਿਹੜੀ ਇਹ ਪਹਿਲੀ ਝੋਟੀ ਹੈ ਵੀਰ, ਇਹ ਗੱਬਣ ਹੈ? ਇਹ ਗੱਬਣ ਆ, ਜਿਹੜਾ ਵੀਰ ਆਵੇ ਆਪਦੀ ਮਰਜ਼ੀ ਨਾਲ ਡਾਕਟਰ ਨੂੰ ਚੈੱਕ ਕਰਾ ਕੇ ਫਿਰ ਲਿਆ ਜੀ। ਇਹ ਕਿੰਨੇ ਚਿਰ ਦੀ ਗੱਬਣ ਚੈੱਕ ਪਾਸ? 3 ਮਹੀਨੇ ਦੀ ਚੈੱਕ ਪਾਸ ਆ। 3 ਮਹੀਨੇ ਦੀ ਹੈ ਨਾ, ਅਤੇ 3 ਮਹੀਨੇ ਦੀ ਜਿਹੜੀ ਦੋਸਤੋ ਇਹ ਚੈੱਕ ਪਾਸ ਝੋਟੀ ਆ। ਆਪਣਾ ਡਾਕਟਰ ਮੇਰਾ ਵੀਰ ਕੋਈ ਵੀ ਆਵੇ ਘਰੇ, ਆਪਣਾ ਡਾਕਟਰ ਜ਼ਰੂਰ ਲੈ ਕੇ ਆਇਓ, ਤਸੱਲੀ ਕਰਾ ਕੇ, ਚੈੱਕ ਕਰਾ ਕੇ, ਬੇਸ਼ੱਕ ਬਾਅਦ ਵਿੱਚ ਸੌਦਾ ਕਰ ਲਿਓ। ਅਤੇ ਇੱਕ ਨਾਲ ਹੋਰ ਝੋਟੀ ਆ ਜਿਹੜੀ ਦੋਸਤੋ ਬਿਲਕੁਲ ਤੁਸੀਂ ਦੇਖ ਰਹੇ ਹੋ, ਉਮਰ ਵੱਲੋਂ ਜਿਹੜੀਆਂ ਦੋਸਤੋ ਇਹ ਸੇਮ ਹੀ ਆ। ਸੋ ਦੋਸਤੋ ਰੇਟ ਆਪਾਂ ਵੀਰ ਤੋਂ ਪੁੱਛ ਲੈਂਦੇ ਹਾਂ। ਆ ਜਿਹੜੀ ਪਹਿਲੇ ਨੰਬਰ 'ਤੇ ਖੜੀ ਦੋਸਤੋ ਇਹ ਗੱਬਣ ਚੈੱਕ ਪਾਸ ਆ, ਤੁਸੀਂ ਵੀ ਆਪਣਾ ਚੈੱਕ ਪਾਸ ਕਰਾ ਕੇ ਡਾਕਟਰ ਤੋਂ ਜੇਕਰ ਦੋਸਤੋ ਤੁਹਾਡੀ ਨਜ਼ਰ ਦੇ ਵਿੱਚ ਓਕੇ ਹੋਈ ਤੁਸੀਂ ਬੇਸ਼ੱਕ ਲੈ ਕੇ ਜਾ ਸਕਦੇ ਹੋ। ਅਤੇ ਭਾਈ ਗੁਰਮੀਤ ਕਿੰਨਾ ਇਹਦਾ ਮੁੱਲ ਕੀ ਲੈ ਦੇ ਕਰਦੇ ਜੀ? 42,000 ਦੀ ਆ। 42,000 ਜੀ, ਠੀਕ ਆ ਵੀਰ, ਇਹ 42,000 ਦੀ ਆ ਦੋਸਤੋ। ਅਤੇ ਅਗਲੀ ਜਿਹੜੀ ਝੋਟੀ ਆ ਉਹਨੂੰ ਟੀਕਾ ਭਰਾ, ਇਹਨੂੰ ਨਾ 21 ਫਰਵਰੀ ਨੂੰ ਟੀਕਾ ਭਰਾਇਆ ਵੀਰਾਂ ਦਾ। 21 ਫਰਵਰੀ ਨੂੰ ਆ ਜੀ, ਅੱਜ 6 ਦਿਨ ਹੋ ਗਏ ਫਿਰ, 5-6 ਦਿਨ ਹੀ ਹੋਏ ਆ, ਠੀਕ ਆ। ਅਤੇ ਆਹ ਟੀਕਾ ਭਰਾ ਇਹਨੂੰ, ਅਤੇ ਉਮਰ ਇਹਨਾਂ ਦੋਵਾਂ ਦੀ ਵੈਸੇ ਹੋਊਗੀ 2-2.5 ਸਾਲ ਹੋਣੀ ਆ, ਇੰਨੀ ਹੋਣੀ ਆ ਜੀ। ਅਤੇ ਇਹਦਾ ਫਿਰ ਮੁੱਲ ਕਿੰਨਾ ਜੀ? ਇਹ ਹੁਣ ਖਾਲੀ ਕਰਕੇ ਆਪਾਂ ਇੱਕ ਹਿਸਾਬ ਦੀ ਦੇਣ ਦੇ, ਅਗਲੇ ਦੀ ਕਿਸਮਤ ਆ, ਤੇ ਇਹਦਾ 38,000। 38,000 ਜੀ, ਠੀਕ ਆ। ਤੇ ਜੋੜੀ ਕੋਈ ਲੈ ਲੂਗਾ ਮੈਂ ਹੋਰ ਘੱਟ ਕਰ ਦੂੰਗਾ, ਠੀਕ ਆ। ਜੋੜੀ ਜਿਹੜੀ ਦੋਸਤੋ ਤੁਸੀਂ ਦੋਵੇਂ ਪਾ ਲਓਗੇ, ਇੱਕ ਤਾਂ ਗੱਬਣ ਹੈਗੀ ਪਹਿਲੇ ਨੰਬਰ 'ਤੇ, ਠੀਕ ਆ, ਅਤੇ ਲਵੀਆਂ ਜਿਹੀਆਂ ਝੋਟੀਆਂ ਨੇ, ਠੀਕ ਆ। ਜ਼ਰੂਰ ਤੁਸੀਂ ਆਪਦੀ ਘਰੇ ਵਿਜਿਟ ਕਰਕੇ ਤਸੱਲੀ ਕਰ ਲਿਓ। ਬਾਕੀ ਸਿੰਗੀ ਸੁੰਗੀ ਜਿਹੜੀ ਹੈਗੀ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ ਕੋਲੇ ਤੋਂ, ਆ ਕਰੋ ਚੈੱਕ ਜੀ। ਠੀਕ ਆ, ਆਹ ਫੇਸ ਦੀ ਕੁਆਲਿਟੀ ਜੇ, ਸਿੰਘਾ ਸੁੰਘਾ ਦੀ ਬਣਤਰ ਬਹੁਤ ਵਧੀਆ ਹੈਗੀ ਹੈ, ਅਤੇ ਇਹਦਾ ਮੱਥਾ ਬੱਲਾ ਹੈਗਾ, ਠੀਕ ਆ, ਆਹ ਕਰੋ ਚੈੱਕ ਜੀ, ਠੀਕ ਆ। ਇਹਦਾ ਮੁੱਲ 42 ਆ ਦੋਸਤੋ, ਅਤੇ ਪਰਲੀ ਜਿਹੜੀ ਝੋਟੀ ਉਹਦਾ ਵੀਰ ਇਹਦਾ ਮੁੱਲ 38,000 ਆ। ਅਤੇ ਤੁਸੀਂ ਜਿਹੜਾ ਸੰਪਰਕ ਆ ਕਰਕੇ ਜ਼ਰੂਰ ਗੱਲਬਾਤ ਕਰ ਲਿਓ, ਆਪਣੇ ਹਿਸਾਬ ਨਾਲ ਵੀ ਮੁੱਲ ਲਗਾ ਸਕਦੇ ਹੋ, ਠੀਕ ਆ ਜੀ। ਜੋ ਵੀਰ ਨੂੰ ਹੋਵੇਗਾ ਭਾਫੜ ਦੇ ਵਿੱਚ ਲੱਗੇਗੀ ਗੱਲ, ਵੀ ਯਾਰ ਠੀਕ ਆ, ਰੇਟ ਇੱਥੋਂ ਤੱਕ ਹੋਣਾ ਚਾਹੀਦਾ, ਆਪਸੀ ਤੁਹਾਡਾ ਤਾਲਮੇਲ ਬਹਿ ਗਿਆ ਅਤੇ ਤੁਸੀਂ ਜਿਹੜਾ ਪਸ਼ੂ ਖਰੀਦ ਸਕਦੇ ਹੋ। ਸੋ ਦੋਸਤੋ ਇੱਕ ਮੈਕਬੁੱਕ ਪ੍ਰੋ ਜਿਹੜਾ ਵੀਰ ਹੋਣਾ ਦੇ ਕੋਲ ਐਪਲ ਦਾ ਲੈਪਟਾਪ ਆ, ਠੀਕ ਆ ਜੀ, ਬਾਹਰੋਂ ਵੀਰ ਹੋਣਾ ਨੂੰ ਆਇਆ ਸੀਗਾ, ਅਤੇ ਇਹ ਵੀ ਬਕਾਊ ਹੈਗਾ, ਇਹ ਵੀ ਤੁਸੀਂ ਖਰੀਦ ਸਕਦੇ ਜੇ, ਠੀਕ ਆ ਜੀ। ਬਾਕੀ ਚਾਰਜਰ ਵਗੈਰਾ ਕਿੱਟ ਵਗੈਰਾ ਸਾਰੀ ਪੂਰੀ ਸਾਰਾ ਕੁਛ ਹੈਗਾ ਆ, ਚਾਰਜਿੰਗ ਵਗੈਰਾ ਹੈ ਨਾ, ਅਤੇ ਬੈਟਰੀ ਬੂਟਰੀ ਬੈਕਅਪ ਵਧੀਆ ਹੈਗਾ, ਬੈਕਅਪ ਸਾਰਾ ਕੁਛ, ਜੋ ਕੁਛ ਵੀ ਹੈਗਾ ਨਾ ਨਾਲ ਦਾ ਹੀ ਆ, ਠੀਕ ਆ ਜੀ। ਆਪਦਾ ਚੈੱਕ ਕਰਕੇ ਤਸੱਲੀ ਕਰਕੇ ਫਿਰ ਲੈ ਜਿਓ, ਠੀਕ ਆ। ਮੈਕਬੁੱਕ ਪ੍ਰੋ ਆ ਐਪਲ ਦੀ, ਐਪਲ ਦੀ ਜਿਹੜੀ ਆ ਦੋਸਤੋ ਮੈਕਬੁੱਕ ਪ੍ਰੋ ਹੈਗੀ ਆ, ਠੀਕ ਆ। ਕਿਸੇ ਵੀਰ ਨੇ ਸ਼ੌਂਕੀਆ ਤੌਰ 'ਤੇ ਖਰੀਦਣੀ ਆ ਤਾਂ ਜ਼ਰੂਰ ਖਰੀਦ ਸਕਦਾ। ਇਹਦਾ ਮੁੱਲ ਵੀ ਤਾਂ ਕੀ ਲੈ ਦੇ ਕਰਦੇ? 30,000। 30,000 ਜੀ, ਹਾਂਜੀ, ਠੀਕ ਆ। ਬਾਕੀ ਕੰਡੀਸ਼ਨ ਵਾਈਜ਼ ਚੰਗੀ ਆ? ਹਾਂਜੀ ਵਧੀਆ, ਜਿਹੜਾ ਆਈ 15 ਵਿੱਚ, 2015 'ਚ? ਹਾਂਜੀ, 2015 'ਚ ਆਈ, 2015 'ਚ ਆਈ ਆਪਾਂ, ਠੀਕ ਆ। ਜ਼ਰੂਰ ਤੁਸੀਂ ਖਰੀਦ ਸਕਦੇ ਜੇ।
ਤੇ 30,000 ਜਿਹੜਾ ਦੋਸਤੋ ਇਸ ਦਾ ਜਿਹੜਾ ਮੁੱਲ ਹੈਗਾ, ਠੀਕ ਹੈ ਜੀ, ਰੇਟ ਪ੍ਰਾਈਜ਼ 30,000 ਰੁਪਏ ਕਰਦਾ। ਤੁਸੀਂ ਖਰੀਦ ਸਕਦੇ ਹੋ, ਵੇਖ ਸਕਦੇ ਹੋ, ਤਸੱਲੀ ਦੇ ਨਾਲ ਪਸੰਦ ਆਉਂਦੀ ਹੈ ਚੀਜ਼ ਬੇਸ਼ੱਕ ਖਰੀਦ ਲਿਓ। ਚੰਗੀ ਆ ਨੋਟਬੁੱਕ, ਬਾਹਰੋਂ ਆਈ ਸੀ ਬਾਈ ਹੋਰਾਂ, ਠੀਕ ਆ। ਅਤੇ ਅੱਜ ਜਿਹੜੇ ਦੋਸਤੋ ਚੀਜ਼ਾਂ ਆਪਾਂ ਤੁਹਾਨੂੰ ਇਹ ਦਿਖਾਤੀਆਂ ਨੇ, ਬਾਕੀ ਦੋਸਤੋ ਅਗਲੀ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੁਰਗੀਆਂ ਅਤੇ ਮੁਰਗੇ ਵੀ ਬਾਈ ਦੇ ਘਰ ਹੈਗੇ ਆ, ਸੇਲ ਆ, ਠੀਕ ਆ ਜੀ। ਕੜਕ ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਦੋਸਤੋ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ ਕੁਝ ਜਿਹੜੇ ਤੁਹਾਨੂੰ ਮੁਰਗੇ ਅਤੇ ਮੁਰਗੀਆਂ ਦਿਖਾਉਣੀਆਂ ਨੇ, ਜਿਨ੍ਹਾਂ ਦੇ ਵਿੱਚ ਕੁਝ ਕੁ ਜਿਹੜੇ ਆ ਨਾਗਾ ਦੋਸਤੋ ਕੜਕਨਾਥ ਦੇ ਹੋਣਗੇ, ਅਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਜਾਣਕਾਰੀ ਤੁਹਾਨੂੰ ਮੈਂ ਦੇ ਦੂੰਗਾ। ਅਤੇ ਓਵਰਆਲ ਜਿੰਨੇ ਵੀ ਤੁਹਾਨੂੰ ਦਿਖਾਵਾਂਗੇ ਨਾਗ ਸਾਰੇ ਵਿਕਾਊ ਆ, ਮੁਰਗੀਆਂ ਮੁਰਗੇ ਹੋ ਗਏ। ਅਤੇ ਇੱਕ ਜਿਹੜਾ ਦੋਸਤੋ ਬਿਲਕੁਲ ਸਟਾਰਟ ਆਪਾਂ ਕਰ ਲੈਂਦੇ ਹਾਂ, ਪਹਿਲੇ ਨੰਬਰ 'ਤੇ ਇੱਕ ਮੁਰਗੀ ਆ ਅਤੇ 6 ਨਾਗ ਜਿਹੜੇ ਦੋਸਤੋ ਕੜਕਨਾਥ ਦੇ ਬੱਚੇ ਆ ਛੋਟੇ, ਠੀਕ ਹੈ ਜੀ। ਅਤੇ ਇਹ ਜਿਹੜੀ ਆ ਦੋਸਤੋ ਇਹਨਾਂ ਦੀ ਕੀਮਤ ਆ 2500 ਰੁਪਈਆ ਹੈ। 2500 ਦੇ ਵਿੱਚ ਇੱਕ ਮੁਰਗੀ ਹੋਵੇਗੀ ਜਿਹੜੀ ਬਿਲਕੁਲ ਤੁਸੀਂ ਆ ਸਾਹਮਣੇ ਦੇਖ ਰਹੇ ਹੋ, ਅਤੇ ਜਿਹੜੇ 6 ਬੱਚੇ ਹੋਣਗੇ ਨਾਲ, ਠੀਕ ਆ। ਅਤੇ 2500 ਜਿਹੜੀ ਕੀਮਤ ਆ, ਠੀਕ ਆ। ਅਤੇ ਇਸ ਤੋਂ ਬਾਅਦ ਜੇਕਰ ਆਪਾਂ ਵੱਡਿਆਂ ਦੇ ਵਿੱਚ ਗੱਲ ਕਰੀਏ, ਅਤੇ ਵੱਡੇ ਬਿਲਕੁਲ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਨਾਗ ਹੈਗੇ ਆ, ਜੇਕਰ ਸਾਰੇ ਨਾਗ ਦਾ ਤੁਸੀਂ ਸੌਦਾ ਮਾਰਦੇ ਹੋ ਤਾਂ ਸੰਪਰਕ ਨੰਬਰ ਬਿਲਕੁਲ ਨੀਚੇ ਚੱਲ ਰਹੇ ਆ। ਵੈਸੇ ਇੱਕ ਜਿਹੜਾ ਕੜਕਨਾਥ ਦਾ ਇੱਕ ਜਿਹੜਾ ਹੈਗਾ ਮੇਲ ਹੈਗਾ ਮੁਰਗਾ, ਠੀਕ ਹੈ ਜੀ, ਕੁੱਕੜ ਆ, ਇਹਦੀ ਕੀਮਤ ਜਿਹੜੀ ਹੈਗੀ ਆ ਦੋਸਤੋ 800 ਰੁਪਈਆ ਇੱਕ ਮੇਲ ਦੀ ਆ ਕੁੱਕੜ ਦੀ। ਅਤੇ ਜਿਹੜੀਆਂ ਕੁੱਕੜੀਆਂ ਨੇ ਉਹ 500 ਰੁਪਈਏ ਦੇ ਵਿੱਚ ਆ ਕੜਕਨਾਥ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀਆਂ ਦੋਸਤੋ ਦੇਸੀ ਮੁਰਗੀਆਂ ਨੇ, ਦੇਸੀ ਮੁਰਗੇ ਆ, ਦੇਸੀ ਮੁਰਗੀਆਂ ਦੀ ਜਿਹੜੀ ਕੀਮਤ ਆ ਉਹ 400 ਰੁਪਈਆ ਹੈ, ਠੀਕ ਆ। ਅਤੇ ਮੁਰਗੇ ਜਿਹੜੇ ਹੈਗੇ ਆ ਉਹ 600 ਰੁਪਈਆ। ਜੇਕਰ ਕਿਸੇ ਵੀਰ ਨੇ ਜੋੜੀ ਲੈਣੀ ਆ ਅਤੇ ਉਹਦੇ ਜਿਹੜੇ ਹਿਸਾਬ ਦੇ ਨਾਲ ਆ ਥੋੜ੍ਹਾ ਬਹੁਤਾ ਲੈਸ ਹੈਗਾ, ਜੇਕਰ ਸਿੰਗਲ ਸਿੰਗਲ ਚੀਜ਼ ਲੈਂਦੇ ਹੋ ਤੁਸੀਂ ਉਹਦੇ ਕੰਪੇਅਰ ਜਿਹੜਾ ਉਹਦੀ ਤੁਲਨਾ ਜੇਕਰ ਆਪਾਂ ਗੱਲ ਕਰੀਏ ਤਾਂ ਲੈਸ ਹੋ ਜੂਗਾ। ਜੇਕਰ ਇਕੱਲੀ ਇਕੱਲੀ ਚੀਜ਼ ਲੈਂਦੇ ਹੋ, ਇੱਕ ਮੁਰਗੀ ਜਿਹੜੀ ਹੈਗੀ ਦੇਸੀ ਉਹ 400 ਆ, ਅਤੇ ਕੜਕਨਾਥ ਜਿਹੜੀ ਮੁਰਗੀ ਆ ਉਹ 500 ਆ, ਠੀਕ ਆ। ਕੜਕਨਾਥ ਜਿਹੜਾ ਮੁਰਗਾ ਉਹ 800, ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦਿੰਦਾ, ਅਤੇ ਜਿਹੜੇ ਦੇਸੀ ਮੁਰਗੇ ਨੇ ਉਹ 600 ਦਾ ਮੁਰਗਾ ਹੈ, ਅਤੇ ਜਿਹੜੀ ਮੁਰਗੀ ਆ ਉਹ 400 ਰੁਪਈਏ ਦੀ ਆ ਜੀ, ਠੀਕ ਆ। ਅਤੇ ਇਹ ਜਿਹੜੀ ਜੋੜੀ ਹੈਗੀ ਆ ਬਿਲਕੁਲ ਤੁਸੀਂ ਵੇਖ ਰਹੇ ਹੋ, ਇਹ ਜਿਹੜੀ ਮੁਰਗੀ ਆ, ਠੀਕ ਹੈ ਜੀ, ਅਤੇ ਕੜਕਨਾਥ ਦੇ ਜਿਹੜੇ ਬੱਚੇ ਹੈਗੇ ਆ ਉਹ 6 ਨਾਗ ਨੇ, ਇੱਕ ਮੁਰਗੀ ਅਤੇ 6 ਜਿਹੜੇ ਨਾਗ ਆ ਬੱਚੇ ਨੇ ਛੋਟੇ, ਇਹ 2500 ਦੇ ਵਿੱਚ ਆ। ਅਤੇ ਚਾਹਵਾਨ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ, ਨੰਬਰ ਜਿਹੜੇ ਆ ਬਿਲਕੁਲ ਵੀਡੀਓ ਸਕਰੀਨ ਦੇ ਜਿਹੜੇ ਨੀਚੇ ਚੱਲਦੇ ਪਏ ਆ। ਬਾਕੀ ਜਿਹੜੇ ਦੋਸਤੋ ਜੇਕਰ ਆਪਾਂ ਆਂਡੇ ਦੀ ਗੱਲ ਕਰੀਏ, ਐੱਗ ਦੀ ਗੱਲ ਕਰੀਏ, ਤਾਂ ਆਂਡੇ ਜਿਹੜੀਆਂ ਨੇ ਦੇਸੀ ਮੁਰਗੀਆਂ ਨੇ ਚਾਹੇ ਕੜਕਨਾਥ ਮੁਰਗੀਆਂ ਨੇ, ਇਹ ਆ ਦੋਨੋਂ ਆ ਬ੍ਰੀਡ ਦੇ ਵਿੱਚ ਜਿਹੜੀਆਂ ਮੁਰਗੀਆਂ ਨੇ ਦੇਸੀ ਅਤੇ ਕੜਕਨਾਥ, ਇਹ ਆਂਡੇ ਦਿੰਦੀਆਂ ਨੇ। ਆਂਡੇ ਦੇ ਲਈ ਜਿਹੜੀ ਦੋਸਤੋ ਬਿਲਕੁਲ ਰੋਜ਼ਾਨਾ ਜਿਹੜੀਆਂ ਇਹ ਆਂਡੇ ਦਿੰਦੀਆਂ ਨੇ, ਸੋ ਇਹ ਤੁਸੀਂ ਜਿਹੜਾ ਮੁੱਖ ਰੱਖ ਸਕਦੇ ਹੋ, ਠੀਕ ਹੈ ਜੀ। ਕਈ ਵਾਰ ਹੁੰਦਾ ਬੱਚੇ ਕੁਕੜੀਆਂ ਜਿਹੜੀਆਂ ਆਂਡੇ ਨਹੀਂ ਦਿੰਦੀਆਂ ਕਈ ਹਜੇ, ਅਤੇ ਇਹ ਆਂਡੇ ਵੀ ਦਿੰਦੀਆਂ ਨੇ। ਅਤੇ ਜੋੜੀ ਤੁਸੀਂ ਇਸ ਰੇਟ 'ਤੇ ਲੈਣੀ ਹੈ ਉਹ ਤੁਸੀਂ ਖਾਸ ਤੌਰ 'ਤੇ ਜਿਹੜੇ ਨੀਚੇ ਨੰਬਰ ਚੱਲ ਰਹੇ ਆ ਉਹਨਾਂ 'ਤੇ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ। ਪਿੰਡ ਜਿਹੜਾ ਖਾਸ ਤੁਹਾਨੂੰ ਸਰਿਆਲੀ ਆਉਣਾ ਪਊਗਾ ਜੀ, ਸਰਿਆਲੀ ਵਿਜ਼ਿਟ ਕਰਕੇ ਤੁਸੀਂ ਇਹ ਜਿਹੜੇ ਮੁਰਗੇ ਆ ਮੁਰਗੀਆਂ ਨੇ ਕੜਕਨਾਥ ਨੇ, ਦੇਸੀ ਮੁਰਗੇ ਮੁਰਗੀਆਂ ਨੇ, ਇਹ ਖਰੀਦ ਸਕਦੇ ਜੇ, ਠੀਕ ਹੈ। ਸੋ ਚਾਹਵਾਨ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ, ਨੰਬਰ ਕੰਟੈਕਟ ਮੈਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। ਹਾਂਜੀ ਵੀਰ ਜੀ ਬੋਲਿਓ, ਨੰਬਰ ਜੀ 7147 ਇਹ ਨੰਬਰ 'ਤੇ ਤੁਸੀਂ ਜਿਹੜਾ ਦੋਸਤੋ ਸੰਪਰਕ ਕਰ ਸਕਦੇ ਜੇ, ਠੀਕ ਆ। ਅਤੇ ਆਂਡੇ ਵੀ ਦਿੰਦੀਆਂ ਕੁੱਕੜੀਆਂ, ਬਾਕੀ ਤੁਸੀਂ ਜੋੜੀਆਂ ਜਿੰਨੇ ਵੀ ਜੇਕਰ ਇਕੱਠੇ ਲੈਣੇ ਆ ਤੁਸੀਂ ਖਾਸ ਤੌਰ 'ਤੇ ਨੰਬਰਾਂ 'ਤੇ ਸੰਪਰਕ ਕਰਕੇ ਵਧੇਰੀ ਗੱਲਬਾਤ ਕਰ ਸਕਦੇ ਹੋ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਗ੍ਰੈਂਡ ਮਦਰ ਦੇ ਦਾਦੀ ਜੀ ਦੇ ਬਿਲਕੁਲ ਨਾਮ ਜਿਹੜੀ ਕਾਪੀ ਚੜ੍ਹੀ ਆ, ਠੀਕ ਆ,
ਇਸ ਤੋਂ ਬਾਅਦ ਤੁਸੀਂ ਅੱਗੇ ਕਾਪੀ ਆਪਣੇ ਨਾਮ ਕਰਾਉਣੀ ਹੈ, ਐਫੀਡੇਵਿਟ ਕਰਾਉਣਾ, ਉਹ ਬਿਲਕੁਲ ਜਿਹੜੇ ਓਨਰ ਮਾਲਕ ਬਿਲਕੁਲ ਜਿਉਂਦੇ ਜਾਗਦੇ ਆ ਮਾਤਾ ਜੀ ਦਾਦੀ ਜੀ ਉਹਨਾਂ ਤੋਂ ਤੁਸੀਂ ਆ ਲਿਖਤੀ ਤੌਰ 'ਤੇ ਹੈ ਨਾ ਵੀ ਕੋਰਟ ਕਚਹਿਰੀ ਦੇ ਵਿੱਚੋਂ ਕਰਵਾ ਸਕਦੇ ਹੋ। ਅਤੇ ਆਹ ਵੇਖੋ ਜੀ ਹੋਰ 36 ਬਿਲਕੁਲ ਕਾਪੀ ਦੇ ਵਿੱਚ ਤੁਸੀਂ ਦੇਖ ਲਓ, ਠੀਕ ਆ। ਅਤੇ ਬਿਲਕੁਲ 50 ਜਿਹੜਾ ਹਾਊਸ ਪਾਵਰ ਆ ਉਹ ਵੀ ਦੇਖ ਲਓ, 84 ਨੰਬਰ ਡੀਜ਼ਲ ਹੈਗਾ ਜਿਹੜਾ ਹੈ ਨਾ, ਫਿਊਲ ਹੈਗਾ ਜਿਹੜਾ ਉਹ ਡੀਜ਼ਲ ਆ ਹੈ ਨਾ, ਪਤਾ ਹੀ ਆ ਜਿਹੜਾ ਆਪਾਂ ਨੂੰ ਆਹ 84 ਨੰਬਰ ਵੇਖ ਲਓ, ਨੰਬਰ ਆਫ ਸਿਲੰਡਰ ਜਿਹੜਾ 3 ਸਿਲੰਡਰ ਹੀ ਆ, ਠੀਕ ਆ। ਮੈਨੂਫੈਕਚਰ ਡੇਟ ਵੇਖ ਲਓ 1991 ਮਾਡਲ ਆ, ਠੀਕ ਆ। ਬੋਡੀ ਦਾ ਬੋਡੀ ਵੇਖ ਲਓ, ਟਾਈਪ ਆਫ ਬੋਡੀ ਹੈ ਨਾ, ਟਰੈਕਟਰ ਦੀ ਜਿਹੜੀ ਹੈਗੀ ਆ। ਅਤੇ ਬਿਲਕੁਲ ਇਸੇ ਤਰ੍ਹਾਂ ਜਿਹੜਾ ਦੋਸਤੋ ਹਰ ਇੱਕ ਤਰ੍ਹਾਂ ਦਾ ਡਾਕੂਮੈਂਟ ਦੇ ਵਿੱਚ ਇਸ ਕਾਪੀ ਦੇ ਵਿੱਚ ਜਿਹੜਾ ਨਾਮ ਦਿੱਤਾ ਗਿਆ ਵੀ ਜਦੋਂ ਕਿੱਥੋਂ ਜੰਮੂ ਐਂਡ ਜੇ ਐਂਡ ਕੇ ਦੇ ਵਿੱਚੋਂ ਜਿਹੜੇ ਮਾਲਕ ਓਨਰ ਨੇ ਖਰੀਦਿਆ ਸੀਗਾ, ਉਸ ਤੋਂ ਬਾਅਦ ਵੀਰ ਹੋਣਾਂ ਦੇ ਕੋਲੋਂ ਅੱਗੇ ਫਿਰ ਜਿਹੜਾ ਅੱਗੇ ਆਇਆ, ਠੀਕ ਆ। ਆਹ ਕਰੋ ਚੈੱਕ ਜੀ, ਠੀਕ ਆ। ਕਾਗਜ਼ਾਤ ਜਿਹੜੇ ਹੈਗੇ ਦੋਸਤੋ ਡਾਕੂਮੈਂਟ ਪੂਰੇ ਆ, ਤੁਸੀਂ ਖਰੀਦ ਸਕਦੇ ਹੋ, ਵੀਰ ਹੋਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਨੰਬਰ ਮੈਂ ਲਗਾਤਾਰ ਜਿਹੜੇ ਸਕਰੀਨ ਦੇ ਨੀਚੇ ਚੱਲਦੇ ਕਰ ਦਿੰਦੇ ਹਾਂ। ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।